अमृतसर में जिला प्रशासन द्वारा आज स्थानीय रणजीत एवेन्यू के मैदान में लोहड़ी मेले का आयोजन किया गया। वहीं इस मेले में कैबिनेट मंत्री ओम प्रकाश सोनी मुख्य मेहमान के तौर पर उपस्थित हुए, जबकि सांसद गुरजीत सिंह ओजला विशेष रूप से पहुंचे। इस मेले में विशेष तौर पर संदेश दिया गया कि लोग चाइना डोर का इस्तेमाल ना करें और इसके लिए निपुण पतंगबाजों को भी बुलाया गया जो ट्रेडिशनल डोर के साथ पतंग उड़ाते हैं और उन्होंने पतंगबाजी में कई इनाम जीते हैं, ताकि लोगों को संदेश मिल सके कि चाइना डोर के मुकाबले ट्रेडिशनल धागे से बेहतर पतंगबाजी की जा सकती है। साथ ही बेटी बचाओ बेटी पढ़ाओ संदेश के तहत भ्रूण हत्या के खिलाफ भी संदेश दिया गया। इस मौके पर कई स्कूल और कॉलेज के विद्यार्थियों ने मंच पर पंजाबी संस्कृति कार्यक्रम भी पेश किया है और भ्रूण हत्या के खिलाफ भी एक नाटक पेश किया। ਅੱਜ ਦਾ ਪ੍ਰਾਲਾ ਮੈਂ ਸਮਝਦਾ ਬਹੁਤ ਸੋਹਣਾ ਚੰਗਾ ਪ੍ਰਾਲਾ ਹੈ। ਡਿਪਟੀ ਕਮਿਸ਼ਨਰ ਨੇ ਅਤੇ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਅਤੇ ਬੜਾ ਸ਼ਲਾਘਾਯੋਗ ਕੰਮ ਕੀਤਾ, ਜਿਹਦੇ ਲੋਹੜੀ ਦਾ ਤਿਉਹਾਰ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਇੱਥੇ ਮਨਾਇਆ। ਸੋ ਮੈਂ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੁਬਾਰਕਬਾਦ ਦਿੰਦਾ, ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਤਿਉਹਾਰ ਦੀ ਮੁਬਾਰਕਬਾਦ। ਸਰ ਇੱਕ ਉਪਰਾਲਾ ਕੀਤਾ ਜਾ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, ਡੀਸੀ ਸਾਹਿਬ ਵੱਲੋਂ ਵੀ ਹੈ ਕਿ ਚਾਈਨੀਜ਼ ਡੋਰ ਦੀ ਵਰਤੋਂ ਨਾ ਹੋਵੇ, ਤੁਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਕੀ ਕਹੋਗੇ? ਮੈਂ ਸਾਰੇ ਮੀਡੀਆ ਨੂੰ ਇਹ ਗੱਲ ਕਹੀ ਹੈ ਕਿ ਗੁੱਡੀਆਂ ਪਤੰਗਾਂ ਡਾਉਣੀਆਂ ਚਾਹੀਦੀਆਂ ਨੇ, ਸਾਡੀਆਂ ਯਾਦਾਂ ਨੇ ਬੜੀਆਂ ਪੁਰਾਣੀਆਂ, ਸਾਨੂੰ ਅੱਜ ਮੈਂ ਇੱਥੇ ਪਤੰਗ ਡਾਈ ਆ, ਮੈਨੂੰ ਵੀ ਪੁਰਾਣੀਆਂ ਯਾਦਾਂ ਪੁਰਾਣੇ ਦਿਨਾਂ ਦੀਆਂ ਯਾਦਾਂ ਆ ਰਹੀਆਂ ਨੇ। ਸੋ ਇਹ ਮਨਾਉਣੇ ਚਾਹੀਦੇ ਨੇ, ਪਰ ਚਾਈਨਾ ਦੀ ਡੋਰ ਦਾ ਜਿੱਥੋਂ ਤੱਕ ਸਵਾਲ ਹੈ ਉਹਦੀ ਵਰਤੋਂ ਨਹੀਂ ਕਰਨੀ ਚਾਹੀਦੀ। ਮੈਂ ਸਾਰਿਆਂ ਨੂੰ ਅੱਜ ਦੇ ਦਿਨ ਇਹੋ ਮੈਸੇਜ ਦਊਂਗਾ, ਰਿਕੁਐਸਟ ਕਰੂੰਗਾ, ਜਿਹੜੇ ਪਤੰਗਾਂ ਡਾਉਂਦੇ ਨੇ ਉਹਨਾਂ ਦਾ ਆਪਣਾ ਫਰਜ਼ ਬਣਦਾ, ਸਾਰੇ ਬੱਚੇ ਉਹਨਾਂ ਦੇ, ਇਹਨਾਂ ਨਾਲ ਨੁਕਸਾਨ ਇਸ ਡੋਰ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ, ਹੁੰਦਾ ਵੀ ਆ। ਸੋ ਇਹ ਡੋਰ ਨੂੰ ਨਹੀਂ ਵਰਤਣਾ ਚਾਹੀਦਾ। ਸਰ ਜੀ ਤੁਹਾਡੇ ਵੱਲੋਂ ਘੋਸ਼ਣਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਸਾਲ ਸ਼ਹਿਰ ਵਾਸੀ ਰਲ ਕੇ ਲੋਹੜੀ ਮਨਾਉਣਗੇ, ਉਹਦੇ ਬਾਰੇ ਦੱਸੋ ਜੀ। ਦੇਖੋ ਵੈਸੇ ਸਾਡਾ ਫਰਜ਼ ਬਣਦਾ ਜਿਹੜੇ ਲੋਕਾਂ ਨੂੰ ਮਿਲਦੇ ਆ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਤਿਉਹਾਰ ਮਨਾਈਏ, ਅਸੀਂ ਜਾਂਦੇ ਵੀ ਹਾਂ ਤਿਉਹਾਰਾਂ 'ਤੇ। ਸੋ ਮੈਂ ਇਹੋ ਰਿਕੁਐਸਟ ਕਰੂੰਗਾ ਅਗਲੇ ਸਾਲ ਅਸੀਂ ਕਰ ਵੀ ਰਹੇ ਹਾਂ। ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ। ਔਰ ਡਿਪਟੀ ਕਮਿਸ਼ਨਰ ਵੱਲੋਂ ਉਪਰਾਲਾ ਕੀਤਾ ਗਿਆ, ਪਹਿਲੀ ਲੋਹੜੀ ਅੰਮ੍ਰਿਤਸਰ ਦੇ ਵਿੱਚ ਪਤੰਗਬਾਜ਼ੀ ਕਰਵਾਈ ਜਾ ਰਹੀ ਹੈ ਔਰ ਇਹ ਆਸ ਕਰਦੇ ਕਿ ਜਿੱਦੋਂ ਇਹ ਜਿਹੜਾ ਰਵਾਇਤ ਹੈ ਇਹ ਜ਼ਰੂਰ ਚੱਲੂਗੀ, ਅੱਗੇ ਵਧੂਗੀ। ਔਰ ਮੈਂ ਮੁਬਾਰਕਾਂ ਦਿੰਦਾ ਹਾਂ ਡੀ ਸੀ ਨੂੰ ਔਰ ਡਿਪਟੀ ਕਮਿਸ਼ਨਰ ਔਰ ਸੋਨੀ ਸਾਹਿਬ ਜਿਹੜੇ ਚੇਚੇ ਤੌਰ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਨੇ, ਉਹਨਾਂ ਨੇ ਅੱਜ ਇਹਦਾ ਉਦਘਾਟਨ ਵੀ ਕੀਤਾ ਆ। ਔਰ ਇਹ ਲੋਹੜੀ ਜਿਹੜੀ ਆ ਸਭ ਤੋਂ ਵੱਡੀ ਗੱਲ ਧੀਆਂ ਦੀਆਂ ਲੋਹੜੀਆਂ ਨੇ ਸ਼ੁਰੂ ਹੋਈਆਂ, ਉਹਦਾ ਆਸ ਕਰਦੇ ਸਮਾਜ ਦੇ ਵਿੱਚ ਔਰਤ ਦਾ ਜਿਹੜਾ ਰੁਤਬਾ ਆ ਉਹ ਹੋਰ ਉੱਚਾ ਹੋਵੇਗਾ। ਮੈਂ ਦੇਖੋ ਰੋਕ ਬਹੁਤ ਲਾ ਰਹੇ ਹਾਂ, ਪਰ ਲੋਕ ਵੀ ਇੱਕ ਗੱਲ ਨੂੰ ਸਮਝਣ, ਬੱਚੇ ਵੀ ਸਮਝਣ, ਉਹਨਾਂ ਦੇ ਮਾਪੇ ਵੀ ਸਮਝਣ, ਚਾਈਨਾ ਡੋਰ ਖਰੀਦੋ ਹੀ ਨਾ, ਜੇ ਆਪਾਂ ਖਰੀਦਾਂਗੇ ਨਹੀਂ ਤਾਂ ਵੇਚੂਗਾ ਕੌਣ? ਸੋ ਸਰਕਾਰ ਨੇ ਤਾਂ ਰੋਕ ਲਾਉਣੀ, ਸਰਕਾਰ ਲਾ ਵੀ ਰਹੀ ਆ। ਪੰਜਾਬ ਗੌਰਮੈਂਟ ਵਾਲੀ ਹੈ, ਵਿਧਾਨ ਸਭਾ ਦਾ ਮਸਲਾ ਨਹੀਂ, ਲੋਕ ਸਭਾ ਦਾ, ਤੁਸੀਂ ਇਸ ਬਾਰੇ ਲੋਕ ਸਭਾ ਦੇ ਵਿੱਚ ਆਵਾਜ਼ ਉਠਾਓ। ਬਿਲਕੁਲ, ਜਿੱਥੇ ਕੋਈ ਲੋੜ ਹੋਏਗੀ ਮੈਂ ਜ਼ਰੂਰ ਉਠਾਊਂਗਾ। ਜੇ ਲੋਕ ਸਭਾ ਦੀ ਗੱਲ ਹੈ ਤਾਂ ਲੋਕ ਸਭਾ 'ਚ ਤੁਹਾਨੂੰ ਪਤਾ ਕਿ ਇਹਨਾਂ ਗੱਲਾਂ 'ਚ ਤਾਂ ਆਪਾਂ ਪਿੱਛੇ ਨਹੀਂ ਹਟਦੇ। ਔਰ ਮੈਂ ਇਹਨੂੰ ਮੇਲੇ ਨੂੰ ਚਲਾਉਣ ਇਕੱਠਾ ਕਰਨ ਦੇ ਵਿੱਚ ਪਤੰਗਬਾਜ਼ੀ ਕਰਾਉਣ 'ਚ ਗੁਰਜੀਤ ਹੁਣੀ ਖੜੇ ਨੇ ਔਰ ਸਮੁੱਚਾ ਪ੍ਰਸ਼ਾਸਨ ਲੱਗਾ ਆ ਮਨਾਉਣ ਦੇ ਵਿੱਚ, ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਜਾਗਰਤੀ ਲਹਿਰ ਕੇ ਲਈ ਅੰਮ੍ਰਿਤਸਰ ਸੇ ਅਮਨ ਮਾਹਲ ਕੀ ਰਿਪੋਰਟ।